ਅੰਮ੍ਰਿਤਸਰ ਦੇ ਵਾਰਡ ਨੰਬਰ 32 ਦੇ GT ਰੋਡ ਸਥਿਤ ਇਲਾਕਾ ਦਬੁਰਜੀ ਦੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਅੱਜ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ, ਜਿਸ ਦੌਰਾਨ ਉਹਨਾਂ ਪਿਛਲੇ ਕਈ ਸਾਲਾਂ ਤੋਂ ਇੱਥੇ ਸੀਵਰੇਜ ਸਿਸਟਮ ਖਰਾਬ ਪਏ ਹੋਣ ਕਾਰਨ ਆ ਰਹੀਆਂ ਮੁਸ਼ਕਲਾਂ ਨੂੰ ਆਪ ਹੀ ਹੱਲ ਕਰਦਿਆਂ ਗੰਦੇ ਪਾਣੀ ਦੇ ਨਿਕਾਸ ਲਈ ਬਣਾਏ ਗਏ ਨਾਲੇ ਦੀ ਸਫਾਈ ਆਪ ਹੀ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਇਲਾਕਾ ਵਾਸੀਆਂ ਨੇ ਦੱਸਿਆ ਦੇ ਗੰਦੇ ਪਾਣੀ ਦੇ ਨਿਕਾਸ ਲਈ ਬਣਾਇਆ ਗਿਆ ਨਾਲਾ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਸੀ, ਜਿਸ ਕਾਰਨ ਦਬੁਰਜੀ ਵਿੱਚ ਪੈਂਦੇ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਸਨ। ਉਹਨਾਂ ਕਿਹਾ ਕਿ ਇਲਾਕਾ ਵਾਸੀਆਂ ਵੱਲੋਂ ਕਈ ਵਾਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਨਾਲੇ ਦੀ ਸਫਾਈ ਬਾਰੇ ਲਿਖਤੀ ਤੌਰ 'ਤੇ ਕਿਹਾ ਗਿਆ, ਪਰ ਕੋਈ ਵੀ ਸੁਣਵਾਈ ਨਾ ਹੋਣ ਕਾਰਨ ਅੱਜ ਉਹਨਾਂ ਨੂੰ ਆਪ ਹੀ ਇਹ ਉਪਰਾਲਾ ਕਰਨਾ ਪਿਆ। ਉਹਨਾਂ ਕਿਹਾ ਕਿ ਇਹ ਗੰਦਾ ਨਾਲਾ ਜਾਮ ਪਏ ਹੋਣ ਕਾਰਨ ਰਿਹਾਇਸ਼ੀ ਇਲਾਕਿਆਂ ਵਿੱਚ ਖੜ੍ਹੇ ਗੰਦੇ ਪਾਣੀ ਕਾਰਨ ਕਈ ਬਿਮਾਰੀਆਂ ਦੇ ਫੈਲਣ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ ਅਤੇ ਹੁਣ ਤੱਕ ਕਈ ਲੋਕ ਬਿਮਾਰੀਆਂ ਦੀ ਚਪੇਟ ਵਿੱਚ ਵੀ ਆ ਚੁੱਕੇ ਹਨ। ਉਹਨਾਂ ਇੱਕ ਵਾਰ ਫਿਰ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਇਸ ਸਾਫ਼ ਸਫਾਈ ਦੇ ਕਾਰਜ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਸਾਡੇ ਨਿੱਕੇ ਨਿੱਕੇ ਬੱਚੇ, ਸਾਡੇ ਨਿੱਕੇ ਨਿੱਕੇ ਨੌਜਵਾਨ ਸਾਰੇ ਬਚਾ ਕੇ ਵੇਖੋ ਸਾਡਾ ਹਾਲਾਤ, ਵੇਖੋ ਸਾਡਾ ਕੀ ਬਣਿਆ। ਆਪ ਗਾਲਾਂ ਕੱਢਣ ਡੇ, ਆਪ ਸਾਰਾ ਕੁਛ ਕਰਨ ਡੇ ਆ। ਇਹ ਪਿੰਡ ਦੇ ਨੌਜਵਾਨ ਕਿਸੇ ਕਾਰਪੋਰੇਸ਼ਨ ਦੇ, ਕਿਸੇ ਸਰਕਾਰ ਨੇ, ਕਿਸੇ ਨੇ ਸਾਡੀ ਸਾਥ ਨਹੀਂ ਲਈ। ਅਤੇ ਇਹ ਬੇਨਤੀ, ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਪੁਲਿਸ ਦੀ ਸੁਣਵਾਈ ਕੀਤੀ ਜਾਵੇ ਅਤੇ ਤੁਹਾਡੇ ਮੱਤ ਰਾਹੀਂ ਵੀ ਸਾਡਾ ਵੇਖੋ ਹਾਲ ਬੱਚਿਆਂ ਦਾ। ਵੇਖੋ ਕੋਈ ਹਾਲ ਨਹੀਂ, ਵੇਖੋ ਬੱਚਿਆਂ ਦਾ ਕੀ ਹਾਲ, ਆਹ ਵੇਖੋ ਪਹੁੰਚੇ ਰਾਏ ਆ, ਆਹ ਚੰਗੇ ਭਲੇ ਬੰਦੇ, ਵੇਖੋ ਕੀ ਕਰੀਏ। ਮੈਂ ਵਾਰਡ ਨੰਬਰ 32 ਤੋਂ ਜੀ ਦਬੁਰਜੀ ਦੇ ਇਲਾਕਾ ਨਿਵਾਸੀ ਅਸੀਂ ਹੈਗੇ ਹਾਂ। ਸਾਡੇ 'ਤੇ ਇੱਕ ਸੀਵਰੇਜ ਪ੍ਰਣਾਲੀ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਵੈ, ਜੋ ਕਿ ਦਬੁਰਜੀ ਦਾ ਜਿੰਨਾ ਵੀ ਪਾਣੀ ਹੈ, ਜੋ ਪਿੱਛੇ ਸੂਏ ਤੱਕ ਦਾ ਪਾਣੀ ਹੈ, ਇੱਥੇ ਅਲਫਾ ਸਿਟੀ ਹੈ, ਇੱਥੇ ਸ਼ੁਭਮ ਇਨਕਲੇਵ ਹੈ, ਕਲੋਨੀਆ ਦਾ ਪਾਣੀ ਹੈ, ਸਾਡਾ ਖੁਦ ਦੀ ਦਬੁਰਜੀ ਜਿਹੜਾ ਇਲਾਕਾ ਜਿੰਨਾ ਵੀ ਹੈ, ਸਾਰਾ ਹੀ ਇੱਕੋ ਸੀਵਰੇਜ ਜਾਂ ਪ੍ਰਣਾਲੀ ਹੈ ਚੁੱਕਦਾ ਜਿਹੜਾ ਵੀ ਪਾਣੀ ਇਕੱਠਾ ਹੁੰਦਾ ਵੈ। ਪਰ ਸੀਵਰੇਜ ਪ੍ਰਣਾਲੀ ਦਾ ਇੰਨਾ ਬੁਰਾ ਹਾਲ ਹੈ ਕਿ ਅਸੀਂ ਖੁਦ ਹੁਣ ਆਪਣੇ ਕਈਆਂ ਬਾਟੇ ਲੈ ਕੇ ਅਸੀਂ ਖੁਦ ਇਹਦੀ ਸਫਾਈਆਂ ਕਰਾ ਰਹੇ ਹਾਂ ਅਤੇ ਸਰਕਾਰ ਵੱਲੋਂ ਸਾਡੀ ਕੋਈ ਸੁਧਬੁੱਧ ਨਹੀਂ ਲਿੱਤੀ ਜਾ ਰਹੀ। ਇੱਥੇ ਮੈਡਮ ਆਪਣੀ ਜੀਵਨਜੋਤ ਕੌਰ ਹੈ ਸਾਡੀ MLA, ਉਹਨਾਂ ਵੱਲੋਂ ਕੁਛ ਨਹੀਂ ਕੀਤਾ ਜਾ ਰਿਹਾ ਕਿ ਇਲਾਕਾ ਨਿਵਾਸੀ ਕਿੰਨੇ ਕੁ ਪਰੇਸ਼ਾਨ ਹੈ। ਨਾ ਹੀ ਸਾਡੇ ਇੱਥੇ ਦੇ ਇਲਾਕੇ ਦੇ ਕੌਂਸਲਰ ਨੇ, ਉਹਨਾਂ ਨੇ ਕੋਈ ਸੁਧਬੁੱਧ ਨਹੀਂ ਲਿੱਤੀ, ਨਾ ਕਾਰਪੋਰੇਸ਼ਨ ਹੈਗਾ ਵੈ। ਅਸੀਂ ਸਿਰਫ ਗੰਦਗੀ 'ਚ ਰਹਿਣ ਜੋਗੇ ਹੈਗੇ ਹਾਂ। ਇਹਨਾਂ ਨੇ ਜੰਮੂ ਹਾਈਵੇ ਇੱਕ ਆਪਣੇ ਐਕਸਪ੍ਰੈਸ ਲਈ ਇੱਕ ਪੁਲ ਬਣਾਇਆ ਜਾ ਰਿਹਾ, ਉਹਦੀ ਤੋੜ ਭੰਨ ਕੀਤੀ ਜਾ ਰਹੀ, ਉਹਦੇ ਤੋਂ ਅਸੀਂ ਖੁਦ ਪਹਿਲਾਂ ਤੋਂ ਬੜੇ ਪਰੇਸ਼ਾਨ ਹਾਂ, ਜਿਹੜੀ ਟ੍ਰੈਫਿਕ ਦੀ ਸਮੱਸਿਆ ਸਾਨੂੰ ਪਰੇਸ਼ਾਨ ਕਰ ਰਹੀ ਹੈ। ਅਤੇ ਦੂਸਰਾ ਸਾਡੀ ਹੁਣ ਸੀਵਰੇਜ, ਅਸੀਂ ਜਦੋਂ ਅੱਜ ਖੁਦ ਹੋ ਕੇ ਥੱਲੇ ਦੇਖਿਆ ਕਿ ਭਰੇ ਪਏ ਸੀਵਰੇਜ, ਅਸੀਂ ਕਾਰਪੋਰੇਸ਼ਨ ਨੂੰ ਵੀ ਇਤਲਾਹ ਦਿੱਤੀ ਪਰ ਉਹਨਾਂ ਵੱਲੋਂ ਕੋਈ ਨਹੀਂ ਇਹਦਾ ਦਿੱਤਾ ਗਿਆ। ਮੈਡਮ ਜੀਵਨਜੋਤ ਕੌਰ ਨਾਲ ਵੀ ਗੱਲ ਕੀਤੀ ਗਈ ਪਰ ਉਹਨਾਂ ਨੇ ਵੀ ਸਾਨੂੰ ਕੋਈ ਇਹਦਾ ਜਵਾਬ ਨਹੀਂ ਦਿੱਤਾ। ਅਸੀਂ ਸਿਰਫ ਤੁਹਾਡੇ ਮਾਧਿਅਮ ਤੋਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਇਹਦਾ ਸੁਪਰ ਸੈੱਕ ਮਸ਼ੀਨਾਂ ਇੱਥੇ ਭੇਜ ਕੇ ਇਹਦੀ ਜਲਦ ਤੋਂ ਜਲਦ ਸਫਾਈ ਕਰਾਈ ਜਾਵੇ, ਨਹੀਂ ਤਾਂ ਇੱਥੇ ਦਾ ਸਾਡੇ ਘਰਾਂ ਦੇ ਅੰਦਰ ਤੱਕ ਪਾਣੀ ਦਾ ਬੁਰਾ ਹਾਲ ਹੋ ਜਾਣਾ ਵੈ। ਹਲੇ ਵੀ ਤੁਸੀਂ ਆ ਕੇ ਦੇਖ ਸਕਦੇ ਹੋ ਕਿ ਸਾਡੀ ਨਾਲੀਆਂ ਕੀ ਹੈ, ਉਹ ਸਭ ਕੁਝ ਜਾਮ ਹੈਗਾ ਵੈ। ਅਸੀਂ ਤੁਹਾਡੇ ਮਾਧਿਅਮ ਤੋਂ ਫਿਰ ਉਹਨਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਸੁਪਰ ਸੈੱਕ ਮਸ਼ੀਨਾਂ ਭੇਜ ਕੇ ਇਹਦੀ ਜਲਦ ਤੋਂ ਜਲਦ ਸਫਾਈ ਕਰਾਈ ਜਾਵੇ ਤਾਂ ਜੋ ਇਹਦੇ ਉੱਤੇ ਜਦੋਂ ਮਲਬਾ ਪੈ ਗਿਆ ਅਤੇ ਇਹਦੇ ਥੱਲੇ ਦੇ ਥੱਲੇ ਰਹਿ ਗਿਆ ਤਾਂ ਬਹੁਤ ਵੱਡਾ ਪਰੇਸ਼ਾਨੀ ਦਾ ਸਬਕ ਬਣ ਜਾਣਾ। ਹਾਈਵੇ ਬਣਾਇਆ ਜਾ ਰਿਹਾ ਵੈ, ਕਿਰਪਾ ਕਰਕੇ ਇਹਨੂੰ ਦਰੁਸਤ ਕਰਾਇਆ ਜਾਵੇ। ਅਸੀਂ ਫਿਰ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਸਾਨੂੰ ਇਲਾਕਾ ਨਿਵਾਸੀਆਂ ਨੂੰ ਇਹ ਪਰੇਸ਼ਾਨੀ ਤੋਂ ਨਿਜਾਤ ਦਿੱਤੀ ਜਾਵੇ। ਧੰਨਵਾਦ।